सो इस करके भारत सरकार के करिंदियां नूं असी इत्थों बेनती करदे आं कि जे तुसीं सचमुच भारत तों बाहर वसदे सिखां दी कोई हमदर्दी लैना चाहुंदे हो कि कल नूं ऐलान करन वाले उन्हां दे विच इन्हां बंदी सिंघां दी रिहाई दा वी ऐलान करो। ज्ञानी भुपिंदर सिंह जी की अगुवाई दे विच समूह संगत के सहयोग के नाल न्यूयॉर्क के गुरद्वारा शहीदा हिक्सविल तो गुरद्वारा सिख कल्चर सोसायटी रिचमंड हिल तक समूह शहीदों की याद के विच अते बंदी सिंह की रिहाई के लिए खालसा रैली कटी गई। सारी संगत अपने वाहन समेत इस रैली का हिस्सा बनी। ज्ञानी भुपिंदर सिंह जी की अगुवाई च समूह संगत के सहयोग नाल खालसाई झंडे हथा च लैके न्यूयॉर्क च एक विशाल रैली कढ़ी गई। यह रैली गुरद्वारा शहीदा हिक्सविल तो गुरद्वारा सिख कल्चर सोसायटी रिचमंड हिल तक कढ़ी गई, जिसका मुख मकसद पंजाबी कम्यूनिटी नूं सुनेहा देना सी कि भारत की आजादी के 75वें वरे के संबंध में जिवें घर घर तिरंगा लहराएगा उवें ही निशान साहिब भी चलाए जाण। इस रैली च सारे पंजाबी मोटरसाइकिल अते कारां लैके शामिल होए। तस्वीरां च तुसीं सब देख सकते हो, बच्चों तो बुजुर्गों तक हर वर्ग अते उम्र दे लोग शामिल होए। इस रैली च बीबियां वालों भी अहम भूमिका निभाई गई। सो साध संगत जी, अज भारत दे विच साढ़े ओ सिख नौजवान जेड़े अपनियां सजावां पूरियां कर चुके ने, उन्हां दी आजादी उन्हां दी रिहाई वास्ते विशेष तौर ते न्यूयॉर्क दे विच गुरद्वारा शहीदां बाबा दीप सिंह जी उन्हां दे स्थान तों ए निशान साहिब रैली केंद्रीय स्थान ट्राई स्टेट दा रिचमंड हिल विखे पहुंची है। साध संगत जी, ए इस करके असीं इत्थे आए हां कि इस केंद्रीय स्थान तों साडी आवाज़ दुनिया दे कोने कोने विच पहुंचदी है। असीं उन्हां सारे आजादी परवानियां नूं सीस चुकाउंदे हां जिन्हां ने सुपने कुछ होर वेख के शहादतां दित्तियां, भावें ओह सरदार करतार सिंह सराभा सी, 17 साल दी उम्र उस नौजवान वीर दी, ओह वी अमरीका दे विच रहिंदा सी, पायलट सी उस समय जहाज चलाउण दा, पर उहने सारियां अपनियां इत्थों दियां सहूलतां नूं छड के साडी आजादी वास्ते के साडे देशवासी सुख दा साह लैण ਉਹਨਾਂ ਵਾਸਤੇ ਉਹਨਾਂ ਨੇ ਆਪਣੀ ਜ਼ਿੰਦਗੀ ਦਾਅ ਤੇ ਲਾਤੀ। ਇੱਥੋਂ ਗਏ 17 ਸਾਲ ਦੀ ਉਮਰ ਦੇ ਵਿੱਚ ਫਾਂਸੀ ਦੇ ਝੂਠੇ ਝੂਟਣ ਵਾਲੇ ਉਹ ਜਿਹੜੇ ਸ਼ਹੀਦ ਨੇ ਉਹਨਾਂ ਨੂੰ ਗੁੰਮਨਾਮ ਕਰ ਦਿੱਤਾ ਗਿਆ ਹੈ। ਉਹਨਾਂ ਦੀ ਆਵਾਜ਼ ਅਸੀਂ ਉਠਾਉਣੀ ਹੈ। ਇਸੋਂ ਵਿਦੇਸ਼ਾਂ ਤੋਂ ਬੈਠਿਆਂ ਨੇ ਮਨਾਓ ਆਜ਼ਾਦੀਆਂ, ਤੁਸੀਂ ਤੁਹਾਨੂੰ ਆਜ਼ਾਦੀ ਮਿਲੀ ਹੈ, ਪਰ ਸਾਡੇ ਉਹਨਾਂ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਕੌਣ ਯਾਦ ਕਰ ਰਿਹਾ? ਨਾ ਅੱਜ ਸਰਦਾਰ ਊਧਮ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਹੈ, ਨਾ ਅੱਜ ਗਦਰੀ ਬਾਬਿਆਂ ਦਾ ਨਾਂ ਕਿਤੇ ਲਿਆ ਜਾ ਰਿਹਾ, ਨਾ ਕਾਮਾ ਗਾਟਾ ਮਾਰੂ ਦੇ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ, ਨਾ ਜਲਿਆਂ ਵਾਲੇ ਬਾਗ ਦੇ ਸਾਕੇ ਦੇ ਸ਼ਹੀਦ, ਨਾ ਸਰਦਾਰ ਊਧਮ ਸਿੰਘ ਸੁਨਾਮ। ਮੈਂ ਕਹਿੰਦਾ ਸਾਧ ਸੰਗਤ ਜੀ, ਨਾ ਉਹ ਜਨਰਲ ਮੋਹਨ ਸਿੰਘ ਜਿਹਨੇ ਆਜ਼ਾਦ ਹਿੰਦ ਫੌਜ ਕਾਇਮ ਕੀਤੀ ਸੀ, ਉਹ ਗ੍ਰਿਫਤਾਰ ਹੋ ਗਿਆ, ਉਹ ਤੋਂ ਬਾਅਦ ਉਹਦੀ ਕਮਾਂਡ ਸੁਭਾਸ਼ ਚੰਦਰ ਬੋਸ਼ ਦੇ ਸਾਹ ਕੋਲ ਗਈ। ਸੋ ਸੁਭਾਸ਼ ਚੰਦਰ ਬੋਸ਼ ਵੀ ਗੁਮਨਾਮ ਕਰ ਦਿੱਤਾ ਗਿਆ। ਉਹਨਾਂ ਦੇਸ਼ਵਾਸੀਆਂ ਨੇ ਜਿਹੜੇ ਕਹਿੰਦੇ ਸੀ ਅਸੀਂ ਆਜ਼ਾਦੀ ਲਈ ਚਰਖਾ ਕੱਤ ਕੇ ਆਜ਼ਾਦੀਆਂ ਨਹੀਂ ਮਿਲੀਆਂ, ਉਹਨਾਂ ਨੇ ਸਿਰਫ ਰਾਜ ਭੋਗਿਆ। ਸਾਡੇ ਨੌਜਵਾਨਾਂ ਦੀਆਂ ਛਾਤੀਆਂ ਦੇ ਉੱਤੇ ਬੈਠ ਕੇ ਉਹ ਮੌਜਾਂ ਕਰ ਰਹੇ ਨੇ, ਤੇ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹਨਾਂ ਨੂੰ ਯਾਦ ਕਰਨਾ ਸਾਡਾ ਫਰਜ਼ ਬਣਦਾ ਹੈ। ਅੱਜ ਅਸੀਂ ਸਾਰੇ ਉਹਨਾਂ ਨੂੰ ਯਾਦ ਕਰਨ ਵਾਸਤੇ ਇੱਥੇ ਪਹੁੰਚੇ ਹਾਂ। ਰੈਲੀ 'ਚ 1947 ਦੇ ਸੰਘਰਸ਼ ਦੌਰਾਨ ਦੇਸ਼ ਲਈ ਜਾਨਾਂ ਕੁਰਬਾਨ ਕਰ ਗਏ ਸਮੂਹ ਸ਼ਹੀਦਾਂ ਨੂੰ ਯਾਦ ਕਰਦਿਆਂ ਉਹਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕੀਤੀ ਗਈ। ਇਸ ਮੌਕੇ ਤੇ ਜਿੱਥੇ ਬੰਦੀ ਸਿੰਘਾਂ ਦੇ ਹੱਕ ਚ ਆਵਾਜ਼ ਬੁਲੰਦ ਕੀਤੀ ਗਈ, ਉੱਥੇ ਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੰਦੀ ਸਿੰਘਾਂ ਦੀ ਰਿਹਾਈ ਲਈ ਅਪੀਲ ਵੀ ਕੀਤੀ ਗਈ। ਸੰਗਤ ਜੀ, ਰੈਲੀ ਦਾ ਅੱਜ ਦਾ ਦਿਨ ਜਿਹੜਾ ਅਸੀਂ 14 ਅਗਸਤ ਦਾ ਚੁਣਿਆ ਉਹ ਇੱਕ ਵਿਸ਼ੇਸ਼ ਮਾਇਨੇ ਰੱਖਦਾ ਵਾ।
ਉਹਦਾ ਮਤਲਬ ਇਹ ਆ ਵੀ ਅੱਜ 14 ਅਗਸਤ ਇੱਥੇ ਦਿਨ ਆ ਤੇ ਭਾਰਤ ਦੇ ਵਿੱਚ ਰਾਤ ਪੈ ਗਈ ਆ ਤੇ ਸਵੇਰੇ ਉੱਥੇ 15 ਅਗਸਤ ਹੋਣੀ ਆ। 15 ਅਗਸਤ ਦੇ ਉੱਤੇ ਭਾਰਤ ਦਾ ਪ੍ਰਾਈਮ ਮਿਨਿਸਟਰ ਜਿਹਨੂੰ ਆਪਾਂ ਦੇਸ਼ ਦਾ ਪ੍ਰਧਾਨ ਮੰਤਰੀ ਕਹਿੰਦੇ ਆ ਉਹ ਕੁਛ ਨਾ ਕੁਛ ਐਲਾਨ ਕਰਦਾ ਵਾ। ਸੋ ਅੱਜ ਅਸੀਂ ਅਮਰੀਕਾ ਦੀ ਧਰਤੀ ਤੋਂ ਇਹ ਆਵਾਜ਼ ਉਹਦੇ ਤੱਕ ਪਹੁੰਚਾਉਣ ਵਾਸਤੇ ਰੱਖੀ ਇਹ ਰੈਲੀ ਵੀ ਉਹਨੂੰ ਕਦੇ ਪਹਿਲਾਂ ਤਾਂ ਭੁੱਲ ਜਾਂਦਾ ਨਾ, ਸੌਂ ਜਾਂਦੇ, ਆਲਸੀ ਹੋ ਜਾਂਦੇ ਆ ਵੀ ਸਾਨੂੰ ਪਤਾ ਨਹੀਂ ਲੱਗਾ। ਉਹਨਾਂ ਨੂੰ ਜਗਾਉਣ ਵਾਸਤੇ, ਉਹਨਾਂ ਨੂੰ ਯਾਦ ਕਰਾਉਣ ਵਾਸਤੇ ਵੀ ਹਾਲੇ ਵੀ ਸਮਾਂ ਹੈ, ਤੁਸੀਂ ਕੱਲ੍ਹ ਨੂੰ ਕੁਛ ਐਲਾਨ ਕਰਨੇ ਆ। ਜੇ ਤੁਸੀਂ ਉਸ ਐਲਾਨਾਂ ਦੇ ਵਿੱਚ ਜਿਹੜੇ ਸਾਡੇ ਕੈਦੀ, ਜਿਹੜੇ ਸਾਡੇ ਅੰਦਰ ਬੰਦ ਆ ਨੌਜਵਾਨ, ਜੇ ਉਹਨਾਂ ਦੀ ਰਿਹਾਈ ਦਾ ਐਲਾਨ ਕਰੋਗੇ ਤਾਂ ਮੈਂ ਸਮਝਦਾ ਸਿੱਖ ਕੌਮ ਦੇ ਜ਼ਖਮਾਂ ਦੇ ਉੱਤੇ ਕੁਛ ਮਲਮ ਲੱਗੂਗੇ, ਤੁਹਾਡੇ ਪ੍ਰਤੀ ਸਾਡੇ ਅੰਦਰ ਹਮਦਰਦੀ ਪ੍ਰਗਟ ਹੋਊਗੀ। ਇਹ ਅੱਜ ਇਸ ਕਰਕੇ 14 ਤਰੀਕ ਚੁਣੀ ਗਈ ਆ ਵੀ ਸਵੇਰੇ ਉੱਠਦਿਆਂ ਜਦੋਂ ਉਹਨਾਂ ਨੂੰ ਇਹ ਨਿਊਜ਼ ਮਿਲੇ ਤੇ ਉਹਨਾਂ ਨੂੰ ਪਤਾ ਲੱਗੇ ਕਿ ਬਾਹਰ ਦੇ ਲੋਕ ਕੀ ਚਾਹੁੰਦੇ ਆ। ਤੇ ਜੇ ਕਿਤੇ ਸਾਡੀ ਇਹ ਆਵਾਜ਼ ਉਹਨਾਂ ਦੇ ਕੰਨਾਂ ਤੱਕ ਪਹੁੰਚ ਕੇ ਕੋਈ ਕੱਲ ਨੂੰ ਸਾਨੂੰ ਵਧੀਆ ਸੁਨੇਹਾ ਦਿੰਦੀ ਆ ਤਾਂ ਅਸੀਂ ਸਮਝਦੇ ਹਾਂ ਕਿ ਸਾਡੇ ਵਾਸਤੇ ਬੜੀ ਵੱਡੀ ਪ੍ਰਾਪਤੀ ਆ। ਰੈਲੀ ਭਾਵੇਂ ਸਾਡੀਆਂ ਘੱਟ ਗੱਡੀਆਂ ਹੋਣ ਜਾਂ ਘੱਟ ਗਿਣਤੀ ਹੋਵੇ, ਗੱਲ ਉਹਦੀ ਨਹੀਂ ਹੈ, ਗੱਲ ਤੁਹਾਡੇ ਮੈਸੇਜ ਦੀ ਆ ਕਿ ਤੁਸੀਂ ਆਪਣਾ ਸੁਨੇਹਾ ਕੀ ਦੇਣਾ ਚਾਹੁੰਦੇ ਹੋ। ਸੋ ਇਸ ਕਰਕੇ ਭਾਰਤ ਸਰਕਾਰ ਦੇ ਕਰਿੰਦਿਆਂ ਨੂੰ ਅਸੀਂ ਇੱਥੋਂ ਬੇਨਤੀ ਕਰਦੇ ਹਾਂ ਜੇ ਉਹਨਾਂ ਨੂੰ ਨਹੀਂ ਸਾਡੀ ਆਵਾਜ਼ ਪਹੁੰਚ ਰਹੀ ਤੇ ਤੁਸੀਂ ਅੱਜ ਸੁਣ ਰਹੇ ਹੋ, ਸਵੇਰ ਤੱਕ ਉਹਨਾਂ ਤੱਕ ਇਹ ਆਵਾਜ਼ ਪਹੁੰਚਾਓ ਕਿ ਜੇ ਤੁਸੀਂ ਸੱਚਮੁੱਚ ਭਾਰਤ ਤੋਂ ਬਾਹਰ ਵਸਦੇ ਸਿੱਖਾਂ ਦੀ ਕੋਈ ਹਮਦਰਦੀ ਲੈਣਾ ਚਾਹੁੰਦੇ ਹੋ, ਉਹਨਾਂ ਪ੍ਰਤੀ ਪਿਆਰ ਰੱਖਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇੱਕ ਮੌਕਾ ਤੇ ਸਮਾਂ ਹੈ ਕਿ ਕੱਲ ਨੂੰ ਐਲਾਨ ਕਰਨ ਵਾਲੇ ਉਹਨਾਂ ਦੇ ਵਿੱਚ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਐਲਾਨ ਕਰੋ। ਬੋਲੇ ਸੋਨਿਹਾ ਸ੍ਰੀ ਅਕਾਲ। ਵਿਸ਼ਾਲ ਰੈਲੀ ਦਾ ਗੁਰਦੁਆਰਾ ਸਿੱਖ ਕਲਚਰ ਸੋਸਾਇਟੀ ਪੁੱਜਣ ਤੇ ਗੁਰੂ ਘਰ ਦੀ ਕਮੇਟੀ ਵੱਲੋਂ ਨਿੱਘਾ ਸਵਾਗਤ ਕਰਦਿਆਂ ਮੁੱਢਲੇ ਮੈਂਬਰਾਂ ਨੂੰ ਸਿਰੋਪੇ ਦੇ ਕੇ ਸਨਮਾਨਿਤ ਕੀਤਾ ਗਿਆ। ਸੋਚਦਾ ਕਿ ਇਹਨਾਂ ਦਾ ਇੱਕ ਬੜਾ ਵੱਡਾ ਉਪਰਾਲਾ ਵਾ ਕਿ ਜਿਹੜੀ ਇਹਨਾਂ ਨਾਲ ਨਿਸ਼ਾਨ ਸਾਹਿਬ ਦੀ ਰੈਲੀ ਹਿਕਸਵੈਲ ਤੋਂ ਲੈ ਕੇ ਗੁਰਦੁਆਰਾ ਰਿਚਮਨ ਹਿੱਲ ਲੈ ਕੇ ਆਏ ਨੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿਉਂਕਿ ਇਹ ਅਸੀਂ ਉਹਨਾਂ ਲੋਕਾਂ ਨੂੰ ਦੱਸਣਾ ਵਾ ਜਿਹੜੇ, ਕਿਉਂਕਿ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਉਹਨਾਂ ਦੇ ਕਰਿੰਦੇ ਸਾਰੇ ਪਾਸੇ ਹੈਗੇ ਆ। ਸੋਸ਼ਲ ਮੀਡੀਆ 'ਤੇ ਜਦੋਂ ਜਾਊਗੀ ਤਾਂ ਉਹਨਾਂ ਨੂੰ ਪਤਾ ਲੱਗ ਜੂਗਾ ਕਿ ਜਿਹੜੇ NRI ਵੀਰ ਆ ਸੁੱਤੇ ਨੀਗੇ, ਤੁਸੀਂ ਬਾਈ ਫੋਰਸ ਸਾਡੇ ਉੱਥੇ ਘਰਾਂ 'ਤੇ ਗੁਰਦੁਆਰਿਆਂ 'ਤੇ ਆਪਣੇ ਤਿਰੰਗੇ ਲਾ ਸਕਦੇ ਜੇ, ਪਰ ਅਮਰੀਕਾ ਜਿਹੜਾ ਵਾ ਇਹ ਬੜੀ ਫੁੱਲ ਆਜ਼ਾਦੀ ਦਿੰਦਾ ਵਾ ਇੱਥੇ ਤੁਹਾਨੂੰ ਰਾਈਟ ਆਪਣੀ ਗੱਲ ਰੱਖਣ ਦਾ, ਭਾਵੇਂ ਮਿਸਟਰ ਜੋ ਬਾਈਡਨ ਹੋਵੇ ਇੰਡੀਆ ਅਮਰੀਕਾ ਦਾ ਪ੍ਰੈਜੀਡੈਂਟ ਹੋਵੇ, ਭਾਵੇਂ ਮੇਅਰ ਹੋਵੇ, ਤੁਸੀਂ ਗੱਲ ਕਰ ਸਕਦੇ ਜੇ ਖੁੱਲ੍ਹ ਕੇ, ਪਰ ਸਾਨੂੰ ਇੰਡੀਆ 'ਚ ਆਪਣੀ ਗੱਲ ਕਰਨ ਦਾ ਵੀ ਕੋਈ ਹੱਕ ਨਹੀਂ ਗਾ, ਕੋਈ ਰਾਈਟ ਨਹੀਂ ਦਿੱਤੇ ਜਾਂਦੇ। ਸੋ ਮੈਂ ਇਹਨਾਂ ਨੂੰ ਇੱਥੇ ਆਇਆਂ 'ਤੇ ਜੀ ਕਹਿੰਦਾ ਵਾਂ, ਜੀ ਆਇਆਂ ਕਹਿੰਦਾ ਵਾਂ, ਅਤੇ ਇਹਨਾਂ ਦਾ ਧੰਨਵਾਦ ਕਰਦਾ ਕਿ ਬੜਾ ਵੱਡਾ ਉਪਰਾਲਾ ਵਾ ਕਿ ਜੋ ਸਪੈਸ਼ਲੀ ਬੰਦੀ ਛੋੜ ਜਿਹੜਾ ਸਿੰਘਾਂ ਦੀ ਰਿਹਾਈ ਵਾਸਤੇ ਇਹਨਾਂ ਆਵਾਜ਼ ਉਠਾਈ ਆ। ਕਿੰਨੇ ਸਾਲ ਹੋ ਗਏ ਨੇ, ਦਵਿੰਦਰ ਸਿੰਘ ਭੁੱਲਰ ਦੀ ਗੱਲ ਕਰੀਏ ਤਾਂ 1995 ਤੋਂ ਲੈ ਕੇ ਹੁਣ ਤੱਕ ਉਹ ਅੰਦਰ ਆ, 57 ਸਾਲ ਉਹਦੀ ਉਮਰ ਆ, 27 ਸਾਲ ਉਹਨੂੰ ਜੇਲ੍ਹ 'ਚ ਹੋ ਗਏ ਆ। ਖਾਲਸਾ ਜੀ, ਸੋਚਣ ਵਾਲੀ ਗੱਲ ਆ ਕਿ ਉਹ ਬੰਦਾ 27 ਰੱਖੜੀਆਂ ਅੰਦਰ ਬਹਿ ਕੇ ਗੁਜ਼ਾਰਨ ਰਿਹਾ। ਇੱਥੇ ਆਪਾਂ ਕਹਿੰਦੇ ਹਾਂ ਕਿ ਭੈਣ ਭਰਾ ਦਾ ਪਿਆਰ ਹੁੰਦਾ, ਰੱਖੜੀ ਇੱਕ ਜਿਹੜੀ ਰਕਸ਼ਾ ਬੰਧਨ ਹੈ, ਇੱਕ ਪ੍ਰਦੇਸ਼ ਦਿੰਦੀ ਆ, ਭਰਾ ਜਿਹੜਾ ਭੈਣ ਨੂੰ ਭਰੋਸਾ ਦਿੰਦਾ। ਪਰ ਜਿਹੜਾ ਵੀਰ 27 ਸਾਲ ਹੋ ਗਏ ਜੇਲ੍ਹ 'ਚੋਂ, ਕੀ ਆਪਣੀ ਭੈਣ ਨੂੰ ਭਰੋਸਾ ਦੇ ਸਕਦਾ? ਸੋ ਮੈਂ ਫਿਰ ਤੋਂ ਗੁਰਦੁਆਰਾ ਸਿੱਖ ਸਾਡੀ ਦੀ ਸਮੁੱਚੀ ਮੈਨੇਜਮੈਂਟ ਮੈਂ ਅਤੇ ਸੰਗਤਾਂ ਵੱਲੋਂ ਗਿਆਨੀ ਭੁਪਿੰਦਰ ਸਿੰਘ ਹੋਰਾਂ ਦਾ ਧੰਨਵਾਦ ਕਰਦਾ, ਅਤੇ ਇਹਨਾਂ ਦੇ ਨਾਲ ਜਿਹੜੇ ਸਮੁੱਚੇ ਮੇਰੇ ਵੀਰ ਆਏ ਨੇ ਉਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਹਾਂ। ਗਿਆਨੀ ਭੁਪਿੰਦਰ ਸਿੰਘ ਜੀ ਦੀ ਅਗਵਾਈ 'ਚ ਸਮੂਹ ਸੰਗਤ ਵੱਲੋਂ ਕੱਢੀ ਗਈ ਇਸ ਰੈਲੀ ਦੇ ਦੌਰਾਨ ਸਾਰਿਆਂ 'ਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਿਆ। ਹਰ ਇੱਕ ਸ਼ਹੀਦਾਂ ਨੂੰ ਨਤਮਸਤਕ ਹੁੰਦਿਆਂ ਸੂਰਮਿਆਂ ਦੇ ਹੱਕਾਂ 'ਚ ਆਵਾਜ਼ ਬੁਲੰਦ ਕਰ ਰਿਹਾ ਸੀ। ਉਮੀਦ ਕਰਦਿਆਂ ਪੰਜਾਬ ਤੋਂ ਦੂਰ ਸੱਤ ਸਮੁੰਦਰ ਪਾਰ ਨਿਊਯਾਰਕ ਦੀ ਧਰਤੀ 'ਤੇ ਕੱਢੀ ਇਸ ਰੈਲੀ ਦੀ ਆਵਾਜ਼ ਭਾਰਤ ਸਰਕਾਰ ਦੇ ਕੰਨਾਂ ਤੱਕ ਗੂੰਜੇਗੀ। ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਭਾਰਤ ਸਰਕਾਰ ਵੱਲੋਂ ਵਿਸ਼ੇਸ਼ ਉਪਰਾਲੇ ਜਲਦ ਕੀਤੇ ਜਾਣਗੇ। ਨਿਊਯਾਰਕ ਤੋਂ ਗਿਲਪਦੀਪ ਦੀ ਰਿਪੋਰਟ, ਗਲੋਬਲ ਪੰਜਾਬ ਟੀਵੀ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ। ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ। ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ।